ਆਉਣ ਵਾਲੇ ਸਮੇਂ 'ਚ ਜੇ ਕੱਲ੍ਹ ਨੂੰ ਟਰੂਡੋ ਨਹੀਂ ਰਿਹਾ, ਕੋਈ ਨਵੀਂ ਸਰਕਾਰ ਆ ਗਈ, ਨਹੀਂ ਦੇਣਗੇ ਵੀਜ਼ੇ ਪੰਜਾਬੀਆਂ ਨੂੰ, ਇੰਡੀਅਨਸ ਨੂੰ। ਇੱਕ ਉਹ ਪੰਜਾਬੀ, ਇੱਕ ਕੁਝ ਪੰਜਾਬੀਆਂ ਕਰਕੇ ਸਾਰਾ ਪੰਜਾਬੀ ਟੈਗ ਪੂਰੇ ਤੇ ਲੱਗਦਾ, ਪੂਰੇ ਪੰਜਾਬ ਤੇ ਟੈਗ ਲੱਗੂਗਾ, ਸਾਰੀ ਕਮਿਊਨਿਟੀ ਤੇ ਟੈਗ ਲੱਗਦਾ। ਕਿਤੇ ਨਾ ਕਿਤੇ ਨਾਮ ਰੋਸ਼ਨ ਵੀ ਕਰ ਰਹੇ ਸੀਗੇ, ਪਰ ਹੁਣ ਖਰਾਬ ਹੋ ਰਿਹਾ। ਪੰਜਾਬੀ ਡਰੱਗ ਵਾਲੇ ਕੰਮ 'ਚ ਵੀ ਉੱਥੇ ਸਭ ਤੋਂ ਅੱਗੇ ਆ, ਸਭ ਤੋਂ ਜ਼ਿਆਦਾ ਡਰੱਗ ਪੰਜਾਬੀ ਵੇਚਦਾ, ਮੈਂ ਆਪਣੀ ਅੱਖੀਂ ਵੇਖਿਆ। ਮਰਦੇ ਵੀ ਜਿਹੜਾ ਡਰੱਗ ਵਾਲਾ ਕੰਮ ਹੈ ਉਹ 'ਚ ਪੈਂਦੇ ਵੀ ਐਂ ਛੇਤੀ ਆ, ਉਹਨਾਂ ਨੂੰ ਤਾਂ ਕੀ ਘਰੇ ਪੈਸੇ ਭੇਜਣੇ ਆ, ਇਹ ਸਭ ਤੋਂ ਈਜ਼ੀ ਕੰਮ ਹੈ, ਔਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਇਸ ਕੰਮ 'ਚ ਜਦੋਂ ਪਿਆ ਹੁੰਦਾ। ਉਹ ਕਹਿੰਦੇ ਜਿਵੇਂ ਕੋਈ ਤੁਰ ਜਾਂਦਾ, ਮੁੰਡੇ ਯਾਰ ਤੂੰ ਗਰੀਬ ਜਿਹਾ ਲੱਗਦਾ ਅਤੇ ਤੈਨੂੰ ਇੱਕ ਆ ਜਾ ਪਲੰਬਿੰਗ ਦੀ ਇੱਕ ਡਿਲੀਵਰੀ ਕਰਕੇ ਆਉਣੀ, $800 ਤੁਹਾਨੂੰ ਦਊਂਗਾ ਮੈਂ। ਬੰਦਾ ਕਹਿੰਦਾ $800 ਸਿਰਫ ਡਿਲੀਵਰੀ ਕਰਨ ਦਾ, ਚਲੋ ਚਲੋ ਚੱਲੀਏ। ਉਹਨੂੰ ਨਹੀਂ ਪਤਾ ਡਿਲੀਵਰੀ ਹੋ ਕਿਸ ਚੀਜ਼ ਰਹੀ ਹੈ, ਪਾਈਪਾਂ 'ਚ ਡਰੱਗ ਪਾ ਕੇ ਵੇਚ ਰਹੇ ਆ, ਫਿਰ ਉਹ ਫਸ ਜਾਂਦਾ, ਉਹ ਫਸ ਜਾਂਦਾ। ਇੱਦਾਂ ਹੀ ਇੱਕ ਵਾਰ ਮੈਂ ਤਾਂ ਦੱਸ ਰਿਹਾ ਕਿਉਂਕਿ ਐਕਸਪੀਰੀਅੰਸ ਦੇਖਿਆ। ਮੇਰਾ ਕੋਈ ਦੋਸਤ ਸੀਗਾ, ਉਹਨੇ ਮੇਰੀ ਗੱਡੀ ਯੂਜ਼ ਕਰਨੀ ਸੀਗੀ ਪਲੰਬਿੰਗ 'ਚ। ਮੈਂ ਉਹਨੂੰ ਕਿਹਾ ਕਿ ਨਾ, ਮੈਂ ਕਿਹਾ ਮੈਂ ਨਹੀਂ ਕਰਨ ਦੇਣੀ, ਮੈਂ ਕਹਿੰਦਾ ਜ਼ਰੂਰੀ ਜਾਣਾ। ਮੈਂ ਬਹਾਨਾ ਮਾਰਿਆ ਕਿਉਂਕਿ ਮੈਨੂੰ ਲੱਗਿਆ, ਮੈਂ ਕਿਹਾ ਯਾਰ ਪਲੰਬਿੰਗ ਦਾ $800 ਕਿਹੜਾ ਹੋਣ ਲੱਗ ਗਿਆ, ਉਹ ਵੀ ਸਿਰਫ ਡਿਲੀਵਰੀ ਦਾ। ਮੈਨੂੰ ਮੈਂ ਉਹੋ ਜਿਹੇ ਲੋਕਾਂ 'ਚ ਰਿਹਾ, ਮੈਨੂੰ ਥੋੜ੍ਹਾ ਜਿਹਾ ਦਿਮਾਗ ਚੱਲਦਾ ਸੀ, ਮੈਂ ਕਹਿੰਦਾ। ਅਤੇ ਉਹੀ ਗੱਲ ਹੋਈ ਅਗਲੇ ਦਿਨ, ਉਹੀ ਉਸੇ ਬੰਦੇ ਦੀ ਜਿਹੜੀ ਗੱਡੀ ਸੀਗੀ, ਉਹ ਅਗਲੇ ਦਿਨ ਨਿਊਜ਼ 'ਚ ਆਇਆ ਕਿ ਉਹ ਬੰਦਾ ਮਤਲਬ ਸ਼ਾਰਟ ਡੈੱਡ ਸੀਗਾ। ਓਕੇ, ਉਹੀ ਸੇਮ ਗੱਡੀ ਗੋਲੀਆਂ ਨਾਲ ਐਨ ਸ਼ੀਸ਼ੇ ਸ਼ੂਸ਼ੇ ਭੰਨੇ ਹੋਏ ਬੰਦਾ ਮਰਿਆ। ਉਹੀ ਬੰਦੇ ਨੂੰ ਪਿਛਲੇ ਦਿਨ ਮਿਲਿਆ, ਤੁਸੀਂ ਮਿਲੇ ਹੋ ਜੇ ਤੁਹਾਨੂੰ ਗੱਡੀ ਮੰਗੀ ਸੀ। ਹਾਂ, ਤਾਂ ਮਤਲਬ ਇਹ ਵੀ ਚੀਜ਼ਾਂ ਚੱਲ ਰਹੀਆਂ ਨੇ, ਚੱਲ ਰਹੀਆਂ ਸ਼ਰਿਆਮ। ਮੇਰਾ ਇੱਕ ਹੋਰ ਦੋਸਤ ਸੀਗਾ, ਉਹ ਨਾ 24 ਘੰਟੇ ਡਰਿਆ ਡਰਿਆ ਰਹਿੰਦਾ ਸੀਗਾ। ਮੈਂ ਉਹ ਤੋਂ ਫਿਰ ਦੂਰੀ ਬਣਾ ਲਈ, ਮੈਂ ਕਿਹਾ ਤੂੰ ਡਰਿਆ ਰਿਹਾ ਭਰਾ, ਮੈਂ ਤੇਰੇ ਨਾਲ ਡਰਨਾ। ਡਿਪਰੈਸ਼ਨ ਵੀ ਬਾਈ ਖਾ ਜਾਂਦਾ ਉੱਧਰਲੇ, ਜਿਵੇਂ ਵਿਦੇਸ਼ ਦੀ ਬਹੁਤ ਜ਼ਿਆਦਾ ਡਿਪਰੈਸ਼ਨ ਤਾਂ ਨੋਰਮਲ ਗੱਲ ਹੈ ਜੀ। ਤੁਸੀਂ ਦੇਖੋ ਜੇ ਇੱਥੋਂ ਬੱਚਿਆ ਆਪਾਂ ਆਪਣੇ ਇੱਥੇ ਆਪਣੇ ਵੇਲੇ 'ਚ ਕਿਵੇਂ ਆਪਾਂ ਰਹਿੰਦੇ ਹੁੰਦੇ ਸੀ, 10ਵੀਂ 12ਵੀਂ ਤੱਕ, ਹੁਣ 12ਵੀਂ ਤੱਕ ਤਾਂ ਡੈਡੀ ਤੋਂ ਪੈਸੇ ਮੰਗੀ ਜਾਂਦੇ ਆਪਣੇ ਬਾਪੂ, ਹੈ ਨਾ। ਹੁਣ 12ਵੀਂ ਤੋਂ ਬੱਚਾ ਚੱਕ ਕੇ ਸਿਰ ਤਾਂ ਉੱਥੇ ਬਾਹਰ, ਪੈਸੇ ਵੀ ਬੋਝ ਵੀ ਪਾਤਾ, 25 ਲੱਖ ਲੱਗ ਗਿਆ ਕਾਕਾ ਤੇ, ਬਿਲਕੁਲ। ਫਿਰ ਉਹ ਵਿਚਾਰਾ ਕੋਈ ਕੰਮ ਨਹੀਂ ਮਿਲਦਾ, ਪੜ੍ਹਾਈ ਕੀ ਕਰੇ, ਡਿਪਰੈਸ਼ਨ। ਘੱਟੋ ਘੱਟ ਜੇ ਬੱਚੇ ਭੇਜਣੇ ਆ BA ਤਾਂ ਪੜ੍ਹਾ ਲਓ, ਉੱਥੇ ਥੋੜਾ ਉਹਨੂੰ ਹੋਣ ਦਿਓ, ਕੋਈ ਸਕਿੱਲ ਤਾਂ ਹੋਵੇ ਉਹਨੂੰ। BA ਨਹੀਂ, ਹੁਣ ਏਜ ਵੀ ਤਾਂ ਹੁੰਦੀ ਹੈ ਨਾ, 18-18 ਦੀ ਕੁੜੀਆਂ ਭੇਜੀ ਜਾਂਦੇ ਹੋ, ਇਹ ਕੀ ਕਲਚਰ ਆ ਵੀ, ਤੂੰ ਹੁਣ ਆਪੇ ਕਮਾ ਕੇ ਵਿਆਹ ਕਰਾ ਲਈ, ਜਿਹੜਾ ਵਿਆਹ ਤੇ ਲਾਉਣਾ ਸੀ ਉੱਥੇ ਲਾਤਾ, ਜਾਂ ਵੱਧ ਹੋ ਗਈ ਆ, ਕੁੜੀਆਂ ਹੀ ਭੇਜਣ ਲੱਗ ਗਏ 17-18 ਹੋ ਗਈਆਂ। ਐਡਾ ਐਡਾ ਬੁਰਾ ਹਾਲ ਹੋ ਗਿਆ ਵੀ 25-25 ਲੱਖ ਲਾ ਕੇ ਕੁੜੀਆਂ ਭੇਜ ਰਿਹਾ, ਫਿਰ ਉਹ ਕੁੜੀਆਂ ਨੂੰ ਕੌਣ ਸਮਝਾਊਗਾ ਆਪਣਾ ਕਰੈਕਟਰ ਕਿਵੇਂ ਸਾਂਭ ਕੇ ਰੱਖਣਾ ਹੈ, ਕਿਵੇਂ ਸਭ ਕੁਛ ਕਰਨਾ, ਕੁੜੀਆਂ ਨੂੰ ਕੌਣ ਦੱਸੂਗਾ। ਤੁਸੀਂ ਇਕੱਲੀਆਂ ਭੇਜਤੀਆਂ, PG 'ਚ ਰਹਿ ਰਹੀਆਂ ਨੇ, ਕੀ ਕਰ ਰਹੇ, ਤੁਸੀਂ ਕਦੇ ਪੁੱਛਦੇ ਹੋ, ਤੁਹਾਨੂੰ ਪਤਾ ਹੁਣ ਨਵਾਂ ਵਿਆਹ ਵਾਲਾ ਸਿਸਟਮ ਸ਼ੁਰੂ ਹੋਇਆ ਸੀ ਜਿਹੜਾ, ਵਿਆਹ ਕਰਾ ਲੈ ਕੇ ਉੱਥੇ ਕੁੜੀ ਭੇਜ ਦਿਓ, ਉਹ ਕਿਸੇ ਹੋਰ ਦੀ ਹੋ ਜਾਂਦੀ ਜਾ ਕੇ, ਇੱਥੇ ਮੁੰਡਾ ਰੋਂਦਾ ਮਰ ਜਾਂਦਾ ਬਸ। ਐਡਾ ਮਰੇ ਪਏ ਨੇ ਬਾਹਰ ਜਾਣ, ਇੱਥੇ 25 ਲੱਖ ਰੁਪਇਆ ਲਾ ਕੇ ਕੋਈ ਮਿਹਨਤ ਕੀਤੀ ਜਾਵੇ, ਕੁਛ ਠੀਕ ਠਾਕ ਕੀਤਾ ਜਾ ਸਕਦਾ, ਬੰਦਾ ਠੀਕ ਠਾਕ ਜ਼ਿੰਦਗੀ ਜੀ ਸਕਦਾ, ਕੋਈ ਐਵੇਂ ਜਮਾ ਹੀ ਥੋੜ੍ਹੀ ਹੈ ਤੇ ਵੀ ਸੋਕਾ ਹੀ ਮੇਰਾ। ਹਾਂ ਵੀ ਹੈ ਹੀ ਨਹੀਂ ਇੱਥੇ, ਹੈ ਹੀ ਕੁਛ ਨਹੀਂ, ਜੇ ਹੈ ਹੀ ਕੁਛ ਨਹੀਂ ਤਾਂ ਫਿਰ ਭਈਏ ਕਿਉਂ ਸਰਵਾਈਵ ਕਰ ਰਹੇ ਨੇ, ਉਹ ਕਿਉਂ ਕੋਠੀਆਂ ਪਾ ਰਹੇ ਨੇ। ਹਾਂ ਬਿਲਕੁਲ, ਅਸੀਂ ਉਹਨਾਂ ਨੂੰ ਸਪੇਸ ਦਿੱਤੀ ਤਾਂ ਘੁਸੇ ਨੇ ਨਾ, ਉਹ ਮੰਡੀਆਂ ਛੱਡੀਆਂ ਨੇ ਤਾਂ ਉਹ ਆਏ ਨੇ, ਅਸੀਂ ਕੰਮ ਛੱਡੇ ਨੇ ਤਾਂ ਉਹਨਾਂ ਨੇ ਸਾਂਭੇ ਨੇ ਨਾ, ਕੰਸਟਰਕਸ਼ਨ 'ਚ ਇੱਥੇ ਉੱਥੇ 10 ਜਗ੍ਹਾ ਆਪਾਂ ਜਮਾਂ ਹੀ ਉਹਨਾਂ ਨੂੰ ਅਸੀਂ ਸਪੇਸ ਦੇ ਰਹੇ ਤਾਂ ਆ ਰਹੇ ਨੇ,